ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਵੱਲੋਂ ਸਾਰੇ ਵਾਅਦਿਆਂ ਦੇ ਨਾਲ ਅੱਗੇ ਦਾ ਰੋਡ ਮੈਪ ਵੀ ਸਾਰਿਆਂ ਦੇ ਸਾਹਮਣੇ ਰੱਖਿਆ ਹੈ। ਲੇਕਿਨ ਵਿਰੋਧੀ ਦਲ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੇ ਦੋਸ਼ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਅੰਕੜੇ ਪੇਸ਼ ਕੀਤੇ ਹਨ ਉਹ ਝੂਠਾ ਭੁਲੰਦਾ ਹਨ। ਆਮ ਆਦਮੀ ਪਾਰਟੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਜ਼ੁਰਗ ਹੋ ਚੁੱਕੇ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਜੋ ਕੈਪਟਨ ਸਰਕਾਰ ਨੇ ਆਪਣੀ ਕਾਮਯਾਬੀ ਦਾ ਚਿੱਠਾ ਲੋਕਾਂ ਸਾਹਮਣੇ ਰੱਖਿਆ ਹੈ ਉਹ ਬਿਲਕੁਲ ਝੂਠ ਹੈ। ਦੇਖੋ, ਮੈਂ ਸਮਝਦਾ ਕੈਪਟਨ ਸਾਹਿਬ ਨੇ 3 ਸਾਲਾਂ ਬਾਅਦ ਜਿਹੜਾ ਰਿਪੋਰਟ ਕਾਰਡ ਪੇਸ਼ ਕੀਤਾ ਗਾ ਉਹ ਇੱਕ ਝੂਠ ਦਾ ਪਲੰਦਾ ਪੇਸ਼ ਕੀਤਾ ਗਾ। ਜਿਹੜਾ ਸੀਐਮ ਸਾਹਿਬ ਨੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਭਾਸ਼ਣ ਗਵਰਨਰ ਸਾਹਿਬ ਤੋਂ ਬੁਲਵਾਇਆ ਸੀਗਾ, ਉਹਨਾਂ ਦੇ ਹੀ ਅੰਕੜੇ ਜਿਹੜੇ ਹੈਗੇ ਨੇ ਹੇਰ ਫੇਰ ਕਰਕੇ ਉਹੀ ਅੰਕੜੇ ਪੇਸ਼ ਕੀਤੇ ਨੇਗੇ ਪੰਜਾਬ ਵਿੱਚ। ਅੱਜ ਜਿਹੜੀ ਉਹਨਾਂ ਨੇ ਕਿਹਾ ਗਾ, ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਮੰਨੀ ਆ ਕਿ ਪੰਜਾਬ ਵਿੱਚ ਮਾਫੀਆ ਉਸੇ ਤਰ੍ਹਾਂ ਚੱਲ ਰਿਹਾ। ਜਿਹੜਾ ਮਾਫੀਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਚਲਾਇਆ ਸੀਗਾ ਉਹ ਮਾਫੀਆ ਉਸੇ ਤਰ੍ਹਾਂ ਚੱਲ ਰਿਹਾ, ਕਿਉਂਕਿ ਅੱਜ ਉਹ ਗੱਲ ਕਰ ਰਹੇ ਨੇਗੇ 3 ਸਾਲਾਂ ਬਾਅਦ ਗੱਲ ਕਰ ਰਹੇ ਨੇ ਕਿ ਅਸੀਂ ਸਾਰਾ ਮਾਫੀਆ ਖਤਮ ਕਰਾਂਗੇ ਵੀ ਕਰਾਂਗੇ। ਅਜੇ ਹੋਇਆ ਨਹੀਂ, ਉਹ ਅੱਜ ਐਡਮਿਟ ਕਰ ਗਏ ਨੇ ਕਿ ਪੰਜਾਬ ਵਿੱਚ ਚਾਹੇ ਉਹ ਟਰਾਂਸਪੋਰਟ ਮਾਫੀਆ ਗਾ, ਚਾਹੇ ਉਹ ਡਰੱਗ ਮਾਫੀਆ ਗਾ, ਚਾਹੇ ਉਹ ਸ਼ਰਾਬ ਮਾਫੀਆ ਗਾ, ਚਾਹੇ ਉਹ ਲੈਂਡ ਮਾਫੀਆ ਗਾ, ਚਾਹੇ ਉਹ ਸੈਂਡ ਮਾਫੀਆ ਗਾ, ਸਾਰਾ ਮਾਫੀਆ ਉਸੇ ਤਰ੍ਹਾਂ ਚੱਲ ਗਿਆ। ਇਹ ਗੱਲ ਅੱਜ ਕੈਪਟਨ ਸਾਹਿਬ ਨੇ ਐਡਮਿਟ ਕੀਤੀ ਹੈਗੀ, ਕਿਹਾ ਗਾ ਮੈਂ ਖਤਮ ਕਰੂੰਗਾ। ਯਾਨੀ 3 ਸਾਲਾਂ ਦੇ ਵਿੱਚ ਉਹਨਾਂ ਨੇ ਖਤਮ ਨਹੀਂ ਕੀਤਾ, 3 ਸਾਲਾਂ 'ਚ ਉਹ ਲਗਾਤਾਰ ਉਸੇ ਤਰ੍ਹਾਂ ਚੱਲ ਰਿਹਾ, ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਬਹੁਤ ਸਾਰੇ MLA ਸਾਹਿਬਾਨ, ਬਹੁਤ ਸਾਰੇ ਮੰਤਰੀ ਸਾਹਿਬਾਨ ਨੇ ਜਿਹੜੇ ਕਾਂਗਰਸ ਪਾਰਟੀ ਦੇ ਨੇਗੇ, ਉਹਨਾਂ ਨੇ ਵਿਧਾਨ ਸਭਾ ਦੇ ਫਲੋਰ 'ਤੇ ਗੱਲ ਮੰਨੀ ਸੀ ਕਿ ਉਸੇ ਤਰ੍ਹਾਂ ਜਿਹੜਾ ਮਾਫੀਆ ਰਾਜ ਆ ਉਸੇ ਤਰ੍ਹਾਂ ਚੱਲ ਰਿਹਾ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੌਰਮੈਂਟ ਚੱਲਦਾ ਹੁੰਦਾ ਸੀਗਾ। ਸੋ ਮੈਂ ਸਮਝਦਾ ਅੱਜ ਉਹਨਾਂ ਨੇ ਉਹ ਚੀਜ਼ ਮੰਨੀ ਹੈ ਵੀ ਪੰਜਾਬ 'ਚ ਹੋ ਕੀ ਰਿਹਾ ਗਾ। ਕੋਈ ਜਿਹੜੀ ਗੱਲ ਨੌਕਰੀਆਂ ਦੀ ਕਰਦੇ ਨੇ ਕਿ ਵੀ ਨੌਕਰੀਆਂ ਪਹਿਲਾਂ ਜਿਹੜਾ ਅੰਕੜਾ ਪੇਸ਼ ਕੀਤਾ ਜਿਹਦਾ ਵਿਧਾਨ ਸਭਾ ਜਿਹੜਾ ਲਿਖਤੀ ਤੌਰ 'ਤੇ ਜਿਹੜਾ ਗਵਰਨਰ ਸਾਹਿਬ ਨੇ ਭਾਸ਼ਣ ਪੜਿਆ ਉਹ 1.5 ਲੱਖ ਦਾ ਜ਼ਿਕਰ ਸੀਗਾ, ਜਦੋਂ ਸੀਐਮ ਸਾਹਿਬ ਨੇ ਜਵਾਬ ਦਿੱਤਾ ਉਦੋਂ 11.5 ਲੱਖ ਦਾ ਸੀਗਾ। ਸੋ ਮੈਂ ਸਮਝਦਾ ਸਿਰਫ ਤੇ ਸਿਰਫ ਝੂਠ ਦਾ ਪਲੰਦਾ ਹਰ ਵਾਰ ਪੰਜਾਬ ਦੇ ਲੋਕਾਂ ਨੂੰ ਪੇਸ਼ ਕਰ ਦੇਣਗੇ। ਪੰਜਾਬ ਦੇ ਲੋਕ ਸਮਝਦਾਰ ਨੇ, ਉਹਨਾਂ ਨੂੰ ਪਤਾ ਗਾ 3 ਸਾਲ 'ਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਟਾਈਮ ਪਾਸ ਕੀਤਾ ਗਾ, ਇੱਕ ਸਮਾਂ ਲੰਘਾਇਆ ਗਾ, ਕੋਈ ਕੰਮ ਨਹੀਂ ਕੀਤਾ ਹੈਗਾ। ਮੈਂ ਸਮਝਦਾ ਨਿਕੰਮਾ ਅਤੇ ਵਿਹਲਾ ਜਿਹੜਾ ਮੁੱਖ ਮੰਤਰੀ ਆ ਇਸ ਟਾਈਮ, ਉਹਨੇ ਕੋਈ ਵੀ ਕੰਮ ਕਿਸੇ ਵੀ ਖੇਤਰ ਦੇ ਵਿੱਚ ਕੋਈ ਵੀ ਕੰਮ ਨਹੀਂ ਪੰਜਾਬ ਦਾ ਹੋਇਆ। ਦੇਖੋ ਜੇ ਵਾਅਦੇ ਪੂਰੇ ਹੋਏ ਹੁੰਦੇ, ਦੇਖੋ ਮੈਂ ਸਮਝਦਾ ਗਾ ਜਿੰਨੇ ਇਹਨਾਂ ਨੇ ਅੰਕੜੇ ਪੇਸ਼ ਕੀਤੇ ਨੇਗੇ ਉਹ ਅੰਕੜੇ ਉਹ ਪੜ੍ਹ ਰਹੇ ਸੀਗੇ, ਉਹਨਾਂ ਨੇ ਅੰਕੜੇ ਜਿਹੜੇ ਹੈਗੇ ਜਿਵੇਂ ਉਹਨਾਂ ਨੂੰ ਅਫਸਰਾਂ ਨੇ ਬਣਾ ਕੇ ਦੇਤੇ ਉਸੇ ਤਰ੍ਹਾਂ ਉਹਨਾਂ ਦੇ ਪੇਸ਼ ਕਰਤੇ। ਇਹੀ ਕਾਰਨ ਆ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਜਿਹੜਾ ਮੈਂ ਰਿਪੋਰਟ ਕਾਰਡ ਪੇਸ਼ ਕੀਤਾ ਗਾ ਉਹ ਪੰਜਾਬੀ 'ਚ ਲਿਖਿਆ ਹੋਇਆ ਜਾਂ ਇੰਗਲਿਸ਼ 'ਚ ਲਿਖਿਆ ਹੋਇਆ। ਸੋ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਕਿਹੜੀ ਭਾਸ਼ਾ 'ਚ ਲਿਖਿਆ ਹੋਇਆ ਗਾ। ਇਹੀ ਕਾਰਨ ਆ ਜਿਹੜੇ ਅੰਕੜੇ ਨੇਗੇ ਉਹਨਾਂ ਨੇ ਵਿਆਪਕ ਜਿਹੜੀ ਆ ਅਫਸਰ ਪੇਸ਼ ਕੀਤੇ ਨੇ ਉਹ ਅਫਸਰ ਸਰਕਾਰ ਚਲਾ ਰਹੇ ਨੇ, ਕੈਪਟਨ ਸਾਹਿਬ ਸਰਕਾਰ ਨਹੀਂ ਚਲਾ ਰਹੇ। ਇਹੀ ਕਾਰਨ ਆ ਕਿ ਗਰਾਊਂਡ ਦੇ ਉੱਤੇ, ਕਿਉਂਕਿ ਕੈਪਟਨ ਸਾਹਿਬ ਤਾਂ ਗਰਾਊਂਡ 'ਚ ਜਾਂਦੇ ਹੀ ਨਹੀਂ ਹੈਗੇ, ਗਰਾਊਂਡ ਦੇ ਉੱਤੇ ਕੋਈ ਕੰਮ ਨਹੀਂ ਹੋਇਆ। ਉਸੇ ਤਰ੍ਹਾਂ ਮਾਫੀਆ ਰਾਜ ਚੱਲ ਰਿਹਾ ਜਿਵੇਂ ਪਹਿਲਾਂ ਚੱਲਦਾ ਸੀਗਾ ਪੰਜਾਬ ਦੇ ਵਿੱਚ। ਕਿਤੇ ਵੀ ਨਾ ਕੋਈ ਜਿਹੜੀ ਆ ਇੰਪਲਾਈਮੈਂਟ ਜਨਰੇਸ਼ਨ ਹੋਈ ਆ, ਨਾ ਕੋਈ ਰੁਜ਼ਗਾਰ ਦੇ ਸਾਧਨ ਪੈਦਾ ਹੋਏ ਨੇਗੇ, ਬਲਕਿ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਟੀਚਰ ਨੇ ਜਿਹੜੇ ਟੈਟ ਪਾਸ ETT ਪਾਸ ਸਾਰੇ ਉਹ ਧਰਨੇ ਦੇ ਰਹੇ ਨੇ ਪੂਰੇ ਪੰਜਾਬ ਦੇ ਵਿੱਚ। ਪੂਰਾ ਪੰਜਾਬ ਧਰਨਿਆਂ ਦਾ ਪ੍ਰਦੇਸ਼ ਬਣਿਆ ਹੋਇਆ, ਈਵਨ ਕਿ ਆਟਾ ਦਾਲ ਸਕੀਮ ਲਾ ਲਓ, ਸਾਰੀਆਂ ਸਕੀਮਾਂ 'ਚ ਕਾਰਡ ਕੱਟ ਕੱਟ ਕੇ ਸਿਰਫ ਉਹਨਾਂ ਦਾ ਕਾਂਗਰਸੀਕਰਨ ਕੀਤਾ ਜਾ ਰਿਹਾ ਹੈਗਾ। ਰਹੀ ਗੱਲ ਪੰਜਾਬ ਪੁਲਿਸ ਦੀ ਜਾਂ ਜਿਹੜੀ ਗੱਲ ਕੀਤੀ ਅਮਨ ਕਾਨੂੰਨ ਦੀ ਵੀ ਗੱਲ ਕੀਤੀ ਆ, ਅਮਨ ਕਾਨੂੰਨ ਦੀ ਸਭ ਤੋਂ ਵੱਡੀ ਗੱਲ ਕੀ ਆ, ਮੈਂ ਸਮਝਦਾ ਅੱਜ ਜਿਹੜੇ ਹੈਗੇ ਨੇ ਥਾਣੇ ਪੁਲਿਸ ਸਟੇਸ਼ਨ ਨੇ ਉਹ ਠੇਕਿਆਂ 'ਤੇ ਚੜ੍ਹ ਰਹੇ ਨੇਗੇ। ਅੱਜ ਉਹਨਾਂ ਦਾ ਠੇਕਾ ਕੌਣ ਲੈ ਰਹੇ ਨੇ? ਕਾਂਗਰਸੀ ਜਿਹੜਾ ਠੇਕਾ ਲੈਂਦੇ ਨੇ, ਜਿਹੜਾ ਉਹੀ SHO ਲੱਗਦਾ ਜਿਹੜਾ ਕਾਂਗਰਸੀ ਚਾਹੁੰਦੇ ਨੇਗੇ। ਸੋ ਪੂਰੀ ਪੰਜਾਬ ਪੁਲਿਸ ਦਾ ਰਾਸ਼ਟਰੀਕਰਨ ਹੋ ਗਿਆ, ਔਰ ਇਹੀ ਕਾਰਨ ਆ ਕਿ ਵੱਡੀ ਪੱਧਰ 'ਤੇ ਪੰਜਾਬ ਵਿੱਚ ਜਿੰਨੇ ਡਕੈਤੀਆਂ ਹੋਈਆਂ ਨੇ, ਮਰਡਰ ਹੋਏ ਨੇਗੇ, ਉਹਨਾਂ ਦੇ ਵਿੱਚੋਂ 80% ਜਿਹੜੇ ਹੈ ਕੇਸ ਨੇ ਉਹ ਸੋਲਵ ਨਹੀਂ ਹੋਏ ਹੈਗੇ, ਉਸੇ ਤਰ੍ਹਾਂ FIR ਖੜੀਆਂ ਨੇਗੀਆਂ। ਦੇਖੋ ਜਿਹੜੇ ਗੈਂਗਸਟਰਾਂ ਦੀ ਗੱਲ ਆ, ਵਿਧਾਨ ਸਭਾ 'ਚ ਵੀ ਗੱਲ ਹੋਈ ਸੀਗੀ, ਔਰ ਵਿਧਾਨ ਸਭਾ 'ਚ ਕੈਪਟਨ ਸਾਹਿਬ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਕਿਹਾ ਸੀਗਾ ਕਿ ਅਸੀਂ ਰਿਪੋਰਟ ਕਮੇਟੀ ਬਣਾਈ ਹੋਈ ਆ, ਇਨਵੈਸਟੀਗੇਸ਼ਨ ਹੋ ਰਹੀ ਆ, ਅਸੀਂ ਬੜੀ ਜਲਦੀ ਜਿਹੜੀ ਰਿਪੋਰਟ ਆ ਉਹ ਪੇਸ਼ ਕਰਾਂਗੇ। ਰਿਪੋਰਟ ਪੇਸ਼ ਕਰਨ ਤੋਂ ਪਤਾ ਨਹੀਂ ਕਿਉਂ ਭੱਜ ਜਾਂਦੇ ਨੇਗੇ। ਬਹੁਤ ਸਾਰੀਆਂ ਕਮੇਟੀਆਂ ਬਣੀਆਂ, ਚਾਹੇ ਉਹ ਜਿਹੜੀ ਮੈਂ ਸਮਝਦਾ ਰੁਜ਼ਗਾਰ ਨੂੰ ਲੈ ਕੇ ਆ, ਚਾਹੇ ਗੈਂਗਸਟਰਾਂ ਨੂੰ ਲੈ ਕੇ ਆ, ਚਾਹੇ ਡਰੱਗ ਨੂੰ ਲੈ ਕੇ ਆ, ਸਾਰੀਆਂ ਕਮੇਟੀਆਂ ਬਣੀਆਂ। ਇਸ ਤੋਂ ਪਹਿਲਾਂ ਆਪਣਾ ਸੈਂਡ ਮਾਫੀਆ, ਲੈਂਡ ਮਾਫੀਆ, ਇਹਦੀ ਵੀ ਕਮੇਟੀ ਬਣੀ ਸੀ। ਜਿੰਨੀਆਂ ਕਮੇਟੀਆਂ ਕੈਪਟਨ ਸਾਹਿਬ ਨੇ 3 ਸਾਲਾਂ 'ਚ ਬਣਾਈਆਂ ਨੇ, ਕਿਸੇ ਵੀ ਇੱਕ ਕਮੇਟੀ ਨੇ, ਕਿਸੇ ਵੀ ਇੱਕ ਇਨਵੈਸਟੀਗੇਸ਼ਨ ਏਜੰਸੀ ਨੇ ਕੋਈ ਵੀ ਰਿਪੋਰਟ ਆ ਪੇਸ਼ ਨਹੀਂ ਕੀਤੀ। ਮੈਂ ਸਮਝਦਾ ਕਿਉਂ ਲੁਕੋ ਕੇ ਰੱਖੀਆਂ ਨੇ, ਇਸ ਗੱਲ ਦੀ ਸਮਝ ਨਹੀਂ ਆ ਰਹੀ। ਰਿਪੋਰਟਾਂ ਕਿਉਂ ਨਹੀਂ ਨਾ ਸਦਨ 'ਚ ਪੇਸ਼ ਹੋਈਆਂ ਨੇ, ਨਾ ਪ੍ਰੈਸ ਦੇ ਸਾਹਮਣੇ ਪੇਸ਼ ਹੋਈਆਂ ਨੇ, ਨਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਹੋਈਆਂ ਨੇਗੀਆਂ।